ਜ਼ੁਬੈਰ ਅਹਿਮਦ ਦੀਆਂ ਚੋਣਵੀਆਂ ਕਹਾਣੀਆਂ ਦੀ ਅਗਲੀ ਕਹਾਣੀ ਹੈ ਮੀ ਬੂਹੇ ਤੇ ਬਾਰੀਆਂ ਮੀ ਪੈਂਦਾ ਪਿਆ ਹੈ ਤੇ ਮੈਂ ਬਾਰੀ ਲਾਗੇ ਬੈਠਾ ਛੱਤਾਂ ਚੁਬਾਰਿਆਂ ਪਰ ਛੱਤੀਆਂ ਕੰਧਾਂ ਤੇ ਪਰਨਾਲਿਆਂ ਰਾਈ ਪਾਣੀ ਡਿੱਗਦਾ ਪਿਆ ਹੈ ਵਗਦਾ ਪਿਆ ਡਿੱਗੀ ਜਾਂਦਾ ਹੈ ਵਗੀ ਜਾਂਦਾ ਹੈ ਧੋਈ ਜਾਂਦਾ ਹੈ ਸਾਡੀ ਗਲੀ ਮਿੱਟੀ ਗਾਰ ਕੱਖ ਤੇ ਗੰਦ ਸਭ ਬੇ ਰੋੜੀ ਜਾਂਦਾ ਹੈ ਮੁੰਡਿਆਂ ਦੇ ਲੱਖ ਲੱਖ ਤੀਕ ਪਾਣੀ ਹੋ ਗਿਆ ਹੁਣ ਹੈ ਵੱਡੇ ਬਾਜ਼ਾਰ ਮੁਹੱਲੇ ਦੀ ਮੰਢੀਰ ਉੱਥੇ ਨਾਮ ਦੀ ਹੋਣੀ ਹੈ ਤੇ ਵਿੱਚ ਪਾਣੀ ਪਲਾਂਗਾ ਮਾਰ ਮਾਰ ਇੱਕ ਦੂਜੇ ਤੇ ਸੁੱਟਦੀ ਹੋਣੀ ਹੈ ਪੀਲੀ ਕੋਠੀ ਵਾਲੇ ਅਸ਼ਰਫ ਸਾਹਿਬ ਕਹਿੰਦੇ ਨੇ ਇਸ ਗਾਰ ਵਾਲੇ ਪਾਣੀ ਚ ਨਹਾਉਣ ਨਾਲ ਫੋੜੇ ਫਿੰਸੀਆਂ ਨਿਕਲਦੇ ਨੇ ਪਰ ਹਨੀਫਾ ਬਰਫ ਵਾਲਾ ਕਹਿੰਦਾ ਮਰਦੇ ਨਹੀਂ ਇਹ ਗੱਲਾਂ ਹੁਣ ਪੁਰਾਣੀਆਂ ਨਹੀਂ ਹੋ ਗਈਆਂ ਹੋਈਆਂ ਨਾ ਵੱਡੇ ਬਾਜ਼ਾਰ ਪਾਣੀ ਖੜਾ ਹੁੰਦਾ ਨਾ ਮੁੰਡੇ ਨਹਾਉਂਦੇ ਨੇ ਨਵਾਂ ਸੀਵਰੇਜ ਜੋ ਪੈ ਗਿਆ ਹੈ ਵੱਡੇ ਬਾਜ਼ਾਰ 'ਚ ਤੇ ਸਾਡਾ ਪੁਰਾਣਾ ਮਹੱਲਾ ਨਵੇਂ ਵਜ਼ੀਰ ਆਜ਼ਮ ਦੇ ਹਲਕੇ 'ਚ ਜੋ ਆ ਗਿਆ ਹੋਇਆ ਹੈ ਸਾਡੇ ਘਰ ਦੇ ਪ੍ਰਣਾਲੇ 'ਚੋਂ ਮਿੱਟੀ ਰੰਗਾ ਤੂੜੀ ਰਲਿਆ ਪਾਣੀ ਡਿੱਗੀ ਜਾਂਦਾ ਹੈ ਤੇ ਕੋਠਾ ਸਾਡਾ ਖੁਰੀ ਜਾਂਦਾ ਹੈ ਚਿੰਤਾ ਲੱਗੀ ਪਈ ਏ ਮੈਨੂੰ ਸਾਨੂੰ ਹੀ ਛੱਤਣਾ ਪੈਣਾ ਏ ਕੋਠਾ ਮੁੜ ਟੱਬਰ ਸਾਡੇ ਨੂੰ ਕਮੀ ਲਾ ਦੇਣਾ ਚਾਚੀ ਤੇ ਆਪ ਦੋ ਗੁੱਤਾਂ ਕਰਕੇ ਪੁਰਾਣਿਆਂ ਵਾਂਗ ਰੰਗਲੇ ਪਲੰਗ ਤੇ ਜਾ ਬਹਿਣਾ ਹੈ ਵੱਡੇ ਸੰਦੇ ਤੋਂ ਸਾਈਕਲ ਪਿੱਛੇ ਮੈਂ ਤੂੜੀ ਦੀ ਬੋਰੀ ਲਿਆਸਾਂ ਤੇ ਜੇ ਸਾਈਕਲ ਸਿੱਧੀ ਕਰਾਂ ਤੇ ਬੋਰੀ ਇੱਕ ਪਾਸੇ ਉਲੜ ਪੈਣੀ ਐ ਤੇ ਜੇ ਬੋਰੀ ਨੂੰ ਸਾਵਾ ਕਰਾਂ ਤੇ ਸਾਈਕਲ ਸਿੱਧੀ ਨਹੀਂ ਰਹਿਣੀ ਤੇ ਫਿਰ ਅਸਗਰ ਗੁੱਜਰ ਕੇਾਂ ਤੋਂ ਗੁਆ ਦਾਬੜਾ ਵਿੱਚ ਚੁੱਕ ਕੇ ਲਿਆਉਣਾ ਪੈਣਾ ਐ ਤੇ ਉਸ ਹਮੇਸ਼ ਮੇਰੇ ਵਜੂਦ ਤੋਂ ਵੱਧ ਦਾਬੜੇ 'ਚ ਲੱਦ ਦੇਣਾ ਤੇ ਉੱਤੋਂ ਮਾਰ ਰੀਆਂ ਨੇ ਗੱਲਾਂ ਮੈਥੋਂ ਚੁੱਕਿਆ ਨਹੀਂ ਜਾਣਾ ਤੇ ਗੱਡ ਵਾਲੇ ਚਿਕਣੀ ਮਿੱਟੀ ਦੀਆਂ ਤਿੰਨ ਗੱਡੀਆਂ ਗਲੀ 'ਚ ਹੀ ਸੋ ਜਾਣੀਆਂ ਨੇ ਤੇ ਮਿੱਟੀ ਚ ਗੋਹਾ ਤੇ ਤੂੜੀ ਰਲਾ ਕੇ ਤੇ ਵਿੱਚ ਘਾਰ ਪਾਣੀ ਦੀ ਥਾਂ ਬਣਾ ਕੇ ਕੱਚੇ પા ਕੇ ਜਦ ਅਸੀਂ ਗਿੱਲੀ ਮਿੱਟੀ ਉੱਤੇ ਨੱਚਾਂਗੇ ਤੇ ਫਿਰ ਭੁੱਲ ਜਾਵਾਂਗੇ ਸਭੇ ਕੁਝ ਬਾਰੀ ਦੀ ਝੀਤ ਵਿੱਚੋਂ ਸਾਡਾ ਤਮਾਸ਼ਾ ਤੱਕ ਸੀ ਚਾਚੀ ਮੇਰੀ ਵੱਡੀ ਭੈਣ ਤੇ ਮਾਂ ਸਾਰਾ ਕੋਠਾ ਲਿਪਣ ਗਿਆਂ ਤੇ ਚਾਚੀ ਸਿਆਲਾਂ ਵਿੱਚ ਸੁਥਰੇ ਕੋਠੇ ਤੇ ਮੰਜੀ ਢਾ ਕੇ ਧੁੱਪ ਸੇਕੇਗੀ ਤੇ ਮੈਂ ਹੁਣ ਵੱਡਾ ਹੋ ਗਿਆ ਤੇ ਚਾਚੀ ਮੈਨੂੰ ਕੋਈ ਕੰਮ ਨਹੀਂ ਆਖਦੀ ਪਰ ਨਿੱਕੇ ਭਰਾਵਾਂ ਚਾਚੀ ਤੇ ਕਾਚੀ ਨੂੰ ਅਜੇ ਵੀ ਸਾਰਾ ਕੰਮ ਕਰਨਾ ਪੈਂਦਾ ਕਾਠੀ ਪ੍ਰਦੇਸ਼ ਟੁਰ ਗਿਆ ਹੋਇਆ ਕਾਦਾ ਤੇ ਚਾਚੀ ਕਦੇ ਗੋਲਿਆ ਵੀ ਨਹੀਂ ਹੋਣਾ ਕਿ ਕਾਚੀ ਵੀ ਕਦੇ ਪ੍ਰਦੇਸ਼ ਟੁਰ ਜਾਏਗਾ ਗੋਰਿਆਂ ਦੇ ਦੇਸ਼ ਵਿੱਚ ਚਾਚੀ ਦੇ ਦੋਵੇਂ ਪੁੱਤਰ ਵੀ ਤਾਂ ਅਮਰੀਕਾ ਟੁਰ ਗਏ ਨੇ ਉਹ ਆਪੇ ਵੀ ਹੁਣ ਉੱਥੇ ਹੀ ਰਹਿੰਦੀ ਏ ਕਈ ਬੰਦਿਆ ਮੈਥੋਂ ਪੁੱਛਿਆ ਹੈ ਕਿ ਕੀ ਗੱਲ ਹੋਈ ਕਿ ਚਾਚੀ ਦਿੱਤੋਂ ਕੰਮ ਲੈਣਾ ਤੇ ਕਲਾਮ ਕਰਨਾ ਛੱਡ ਦਿੱਤਾ ਪ੍ਰੀਤ ਵਾਂਗੂੰ ਕੌੜ ਨੂੰ ਵੀ ਪਾਲਣਾ ਪੈਂਦਾ ਮੇਰੇ ਅੰਦਰ ਵੀ 17 ਬਰਿਆਂ ਦੀ ਕੌੜ ਸੀ ਚਾਚੇ ਚਾਚੀ ਨਾਲ ਪਿਓ ਦੇ ਪੂਰੇ ਹੋਣ ਮਗਰੋਂ ਸਾਡਾ ਚਾਚੇ ਨਾਲ ਹੀ ਰਹਿਣਾ ਹੋਇਆ ਮੈਂ ਕੌੜ ਪਾਲਦਾ ਤੇ ਸੜਦਾ ਬਲਦਾ ਰਿਆ ਮੈਂ ਨਾ ਚਾਚੀ ਨਾਲ ਲੜਿਆ ਨਾ ਵੱਧ ਕਲਾਮੀ ਕੀਤੀ ਬਸ ਚੁੱਪ ਕਰਕੇ ਉਹਦੀਆਂ ਅੱਖਾਂ ਚੱਖਾਂ ਪਾ ਕੇ ਤੱਕਿਆ ਸੀ ਚਾਚੀ ਮਾਂ ਨਾਲ ਵੇੜੇ 'ਚ ਲੜਦੀ ਪਈ ਸੀ ਤੇ ਮੈਂ ਉਤਲੀ ਬਾਰੀ 'ਚ ਖਲੋਤਾ ਸਾਂ ਐਵੇਂ ਮੇਰੀ ਚੁੱਪ ਤੱਕਣੀ ਦਾ ਪਰਛਾਵਾਂ ਉਹਦੀਆਂ ਅੱਖਾਂ ਉੱਤੋਂ ਲੰਘਿਆ ਉਹਨੇ ਕੌੜ ਨਾਲ ਉਤਲੀ ਮੰਜ਼ਲੇ ਤੱਕਿਆ ਤੂੰ ਕੀ ਆਨੇ ਟੱਡ ਕੇ ਤੱਕਦਾ ਪਿਆ ਪਹਿਲਾਂ ਕਦੀ ਅੱਖ ਨਹੀਂ ਸੀ ਚੁੱਕੀ ਇੱਕ ਚੁੱਪ ਦੀ ਪਾਲ ਵਿੱਚ ਡਰਦੇ 17 ਬਰਿਆਂ ਉੱਤੇ ਮੈਂ ਪੁੱਠੇ ਪੈਰੀ ਪੈਂਡਾ ਕੀਤਾ ਤੇ ਅੱਖ ਨ ਚਮਕੀ ਤੇ ਜਦ ਮੈਂ ਹਿੱਲਿਆ ਤੇ ਚਾਚੀ ਹੰਕਾਰ ਨਾਲ ਸਿਰ ਮਾਰ ਕੇ ਹੂੰ ਆ ਕੇ ਕਮਰੇ ਵੜ ਗਈ ਤੇ ਉਹਨੂੰ ਕੀ ਪਤਾ ਪੈਰਾਂ ਤੋਂ ਮੈਂ ਕੰਬ ਰਿਹਾ ਸਾਂ ਉਹ ਦਿਨ ਤੋਂ ਮੁਰੂ ਉਸ ਨਾ ਮੈਨੂੰ ਕੋਈ ਕੰਮ ਕਿਹਾ ਤੇ ਨਾ ਕਲਾਮ ਕੀਤਾ 30 35 ਬਰੇ ਹੋ ਗਏ ਨੇ ਜੱਦੀ ਘਰ ਵੇਖਿਆ ਪੁਰਾਣਾ ਮਹੱਲਾ ਛੁੱਟਿਆ ਪਰ ਕੌੜ ਨ ਮੁੱਕੀ ਕਾਮਰੇਡ ਬਾਲੀ ਮੈਨੂੰ ਮਤ ਦਿੰਦਾ ਹੁੰਦਾ ਸੀ ਕੋਡ ਨੂੰ ਪੁੱਠਾ ਕਰ ਦੇ ਤੇਰਾ ਦੁੱਖ ਮੁੱਕ ਜਾਏਗਾ ਚਾਚੀ ਵਾਲੇ ਵੱਲੇ ਪਿਆਰ ਨਾਲ ਤੱਕ ਮਤ ਦਿੰਦਾ ਸੀ ਪਤਾ ਨਹੀਂ ਚਾਚੀ ਨੇ ਕਿੰਨਾ ਜਿਉਣਾ ਹਰ ਵਾਰੀ ਅਮਰੀਕਾ ਤੋਂ ਆਉਂਦੀ ਏ ਤੇ ਪਹਿਲੇ ਤੋਂ ਵੱਧ ਵੱਲ ਹੁੰਦੀ ਏ ਜੀ ਵੀ ਜਾਂਦੀ ਏ ਵਦੀ ਫੁੱਲੀ ਜਾਂਦੀ ਏ ਮੀ ਪਈ ਜਾਂਦਾ ਤੇ ਮੈਂ ਬਾਰੀ ਤੋਂ ਤੱਕੀ ਜਾਣਾ ਸਾਹਮਣੇ ਬਾਜੀ ਨਸੀਮ ਦਾ ਘਰ ਏ ਤੇ ਚਾਤੀ ਸਿੱਧੀ ਗਲੀ ਤੋਂ ਪਾਰ ਉਹਨਾਂ ਦੇ ਵੇੜੇ ਪੈਂਦੀ ਏ ਹੁਣੇ-ਹੁਣੇ ਬਾਜੀ ਨਸੀਮ ਦੀ ਧੀ ਇੱਕ ਵਾਂਗ ਵੱਧੀ ਧੀ ਕੋਠੇ ਉੱਤੋਂ ਸੁੱਕਣੇ ਪਾਏ ਕੱਪੜੇ ਲਾਂਕੇ ਗਈ ਏ ਤੇ ਮਾਂ ਉਹਦੇ ਪਿੱਛੇ-ਪਿੱਛੇ ਆਈ ਏ ਤੇ ਮਾਂ ਉਹਦੀ ਨੂੰ ਪਤਾ ਏ ਮੈਂ ਬਾਰੀ ਕੁਲ ਖਲਾ ਤੇ ਮਾਂ ਉਹਦੀ ਨੂੰ ਹਰ ਵੇਲੇ ਪਤਾ ਹੁੰਦਾ ਬਸ ਉਹਦੀ ਧੀ ਨੂੰ ਪਤਾ ਨਹੀਂ ਹੁੰਦਾ ਪਿੱਛੇ ਮੈਂ ਆਪਣੇ ਘਰ ਦੇ ਬੂਹੇ ਅੱਗੇ ਪਿਸ਼ਾਬ ਕਰਦਾ ਪਿਆ ਸਾਂ ਤੇ ਜਦ ਮੈਂ ਖਲੋ ਕੇ ਨਾਲਾ ਬੰਦਦਾ ਪਿਆ ਸਾਂ ਤਾਂ ਬਾਜੀ ਨਸੀਮ ਆਪਣੇ ਬੂਹੇ ਅੱਗੇ ਖਲੋਤੀ ਸੀ ਨਾ ਸੰਫੜਕਾ ਕੇ ਆਖਣ ਲੱਗੀ ਤੂੰ ਖੈਰ ਨਾਲ ਵੱਡਾ ਹੋ ਗਿਆ ਐ ਰੋਟੀ ਨੂੰ ਚੋਚੀ ਤਾਂ ਨਹੀਂ ਕਹਿੰਦਾ ਪਰ ਅੰਦਰ ਪਿਸ਼ਾਬ ਕਰਿਆ ਕਰ ਮੈਂ ਹੈਰਾਨ ਬਿਟ ਬਿਟ ਉਹਦਾ ਮੂੰਹ ਤੱਕੀ ਹੈ ਬਾਜੀ ਨਸੀਮ ਦੀਆਂ ਅੱਖੀਆਂ ਕਿੰਨੀਆਂ ਮੋਟੀਆਂ ਤੇ ਕਾਲੀਆਂ ਸ਼ਾਹ ਨੇ ਕਿੰਨੇ ਵਰੇ ਤੋਂ ਉਹਦਾ ਬੰਦਾ ਕਿਸੇ ਅਰਬ ਮੁਲਕ ਚ ਹਰ ਵਰੇ ਆਉਂਦਾ ਤੇ ਉਹਨੂੰ ਇਕਬਾਲ ਦੇ ਜਾਂਦਾ ਇਕ ਦੋ ਵਰੇ ਪਹਿਲਾਂ ਤਾਂ ਬਾਜੀ ਮੈਥੋਂ ਘਰ ਦਾ ਸੌਦਾ ਮੰਗਵਾਉਂਦੀ ਹੁੰਦੀ ਸੀ ਤੇ ਹੁਣ ਆਨੇ ਢੱਡਣ ਲੱਗ ਪਈਏ ਪਰ ਮੈਂ ਤਾਂ ਨਾ ਉਹਨੂੰ ਵੇਖਦਾ ਨਾ ਉਹਦੀ ਜਵਾਨ ਹੁੰਦੀ ਥੀ ਨੂੰ ਬਸ ਉਹਨਾਂ ਦਾ ਘਰ ਹੀ ਸਾਡੇ ਸਾਹਮਣੇ ਤੇ ਛਾਤੀ ਸਿੱਧੀ ਉਹਨਾਂ ਦੇ ਘਰ ਪੈਂਦੀ ਹੈ ਨਾਲੇ ਉਹਦੀ ਧੀ ਤਾਂ ਕਿਸੇ ਨੂੰ ਵੀ ਨਹੀਂ ਵੇਖਦੀ ਉਹਨੂੰ ਹੀ ਸਾਰੇ ਵੇਖਦੇ ਨੇ ਤੂੰ ਆਪ ਤਾਂ ਬਸ ਸ਼ੀਸ਼ਾ ਹੀ ਵੇਖਦੀ ਰਹਿੰਦੀ ਹੈ ਦੋਵਾਂ ਮਾਵਾਂ ਧੀਆਂ ਦੇ ਵਾਲ ਕਿੰਨੇ ਲੰਮੇ ਨੇ ਬਾਜੀ ਨਸੀਮ ਦਾ ਸਹਰਾ ਹਰ ਐਤਵਾਰ ਨੂੰ ਵੇੜੇ ਬਹਿ ਕੇ ਸਿਰ ਨੂੰ ਖਜਾਬ ਲਾਉਂਦਾ ਰਹਿੰਦਾ ਤੇ ਜਾਂ ਫਿਰ ਪੁਰਾਣੀ ਸਾਈਕਲ ਤੇ ਹੁੰਦਾ ਰਹਿੰਦਾ ਹਰ ਦੂਜੇ ਚੌਥੇ ਮਹੀਨੇ ਕਾਲੇ ਰੰਗ ਦੀ ਨਿੱਕੀ ਡੱਬੀ ਲਿਆ ਕੇ ਸਾਈਕਲ ਨੂੰ ਰੰਗਦਾ ਰਹਿੰਦਾ ਸੁਣਿਆ ਉਸ ਤਿੰਨ ਵਿਆਹ ਕੀਤੇ ਪਰ ਹੁਣ ਤਾਂ ਇੱਕ ਵੀ ਉਹਦੇ ਨਾਲ ਨਹੀਂ ਬਾਜੀ ਨਸੀਮ ਹੁਣ ਪਤਾ ਨਹੀਂ ਕਿੱਥੇ ਹੈ ਅਚਨਚੇ ਤੋਂ ਨਾ ਘਰ ਛੱਡ ਦਿੱਤਾ ਕਹਿੰਦੇ ਉਹ ਕਿਰਾਏ ਉੱਤੇ ਸਨ ਤੇ ਮੁਕੱਦਮਾ ਚੱਲਦਾ ਪਿਆ ਸੀ ਨਵੇਂ ਆਏ ਕੌਣ ਨੇ ਮੀ ਪਈ ਜਾਂਦਾ ਤੇ ਮੈਂ ਬਾਰੀ ਕੋਲ ਬੈਠਾ ਬਾਜੀ ਨਸੀਮ ਦੇ ਬੂਹੇ ਅੱਗੇ ਪਾਣੀ ਖਲੋ ਜਾਣਾ ਹੈ ਸ਼ਰੀਫ ਹੱਟੀ ਵਾਲੇ ਦੇ ਕੋਲ ਵੀ ਤੇ ਗੁਜਰਾ ਦੇ ਬਾੜੇ ਵੀ ਤੇ ਉਹ ਆਪਣੀਆਂ ਮੱਝਾਂ ਗਲੀ 'ਚ ਚਾਉਣਗੇ ਮਾਸੀ ਦੇ ਵੇੜੇ ਵੀ ਪਾਣੀ ਭਰ ਜਾਣਾ ਤੇ ਰਾਤੀ ਉੱਥੇ ਡੱਡੂਆਂ ਦੀਆਂ ਆਵਾਜ਼ਾਂ ਆਉਣੀਆਂ ਨੇ ਕਹਿੰਦੇ ਮਾਸੀ ਦੇ ਸਿਰ ਦਾ ਸਾਈਂ ਫਕੀਰ ਹੋ ਗਿਆ ਸੀ ਕੁਝ ਸੁਣਾਉਂਦੇ ਅਸਾਂ ਫਲਾਣੀ ਥਾਂ ਭਿਖਿਆ ਮੰਗਦੇ ਤੱਕਿਆ ਸੀ ਤੇ ਕੁਝ ਆਕਦੇ ਨਸ਼ੇ ਕਰਦਾ ਤੇ ਮਜ਼ਾਰਾਂ ਉੱਤੇ ਪਿਆ ਰਹਿੰਦਾ ਅਸਾਂ ਕਦੀ ਨਹੀਂ ਡਿੱਠਾ ਮਾਸੀ ਦੇ ਵੇੜੇ ਅੱਕ ਦੇ ਬੂਟੇ ਤ੍ਰੇਕ ਤੇ ਅਮਰੂਦਾਂ ਦੇ ਰੁੱਖ ਨੇ ਮਾਸੀ ਕੁਕੜੀਆਂ ਪਾਲੀਆਂ ਹੋਈਆਂ ਨੇ ਤੇ ਉਹਨਾਂ ਦੇ ਅੰਡੇ ਵੇਚ ਕੇ ਗੁਜ਼ਾਰਾ ਕਰਦੀ ਸੀ ਬਾਬੇ ਸ਼ਰੀਫ ਨੇ ਹੱਟੀਆਂ ਦੇ ਰਾਹ ਉੱਤੇ ਵਿਥ ਨਾਲ ਇੱਟਾਂ ਵਿਛਾ ਦਿੱਤੀਆਂ ਨੇ। ਬਾਲਤਾ ਛਲਾਂਗਾ ਮਾਰ ਕੇ ਇੱਟਾਂ ਟੱਪਦੇ ਪਾਣੀ ਨਾਲ ਖੇਡਾਂ ਕਰਦੀ ਹੱਟੀਆਂ ਅੱਪੜ ਜਾਣੇ ਨੇ। ਪਰ ਅੰਕਲ ਜ਼ਮੀਲ ਸਾਹਿਬ ਜੇ ਸੌਦਾ ਲੈਣ ਆਏ ਤਾਂ ਉਹਨਾਂ ਕੋਲ ਹੀ ਕਿੱਟ ਤੋਂ ਦੂਜੀ ਤਾਈ ਪੈਰ ਹੀ ਨਹੀਂ ਪੁੱਟਿਆ ਜਾਣਾ। ਬਾਲਾਂ ਕੁੱਚੇ ਰੋਣਾ ਨੂੰ ਡਿੱਕਣਾ ਤੇ ਮੁਰਛੜਪੇ ਮਾਰ ਪਾਣੀ 'ਚ ਤ੍ਰਿਖੇ ਲੰਘਣਾ ਤੇ ਛਿੱਟਾਂ ਉਹਨਾਂ ਉੱਤੇ ਪੈਣੀਆਂ ਤੇ ਉਹਨਾਂ ਗਾਲਾਂ ਕੱਢਣੀਆਂ ਨੇ ਕੁੱਤੇ ਦੇ ਤੁਖਮੋਂ ਵੱੱਦ ਦੇ ਬੀਓ ਮਗਰਬ ਦੀ ਨਮਾਜ਼ ਪੜ੍ਹਨੀ ਸੀ ਮਸੀਤੇ ਜਾ ਕੇ ਤੇ ਭਾਵੇਂ ਮੀਂਹ ਹੋਵੇ ਭਾਵੇਂ ਨੇਰੀ ਉਹਨੇ ਆਪਣੀ ਪੁਰਾਣੀ ਛਤਰੀ ਨਾਲ ਮਸੀਤੇ ਨਮਾਜ਼ ਪੜ੍ਹਨ ਜ਼ਰੂਰ ਜਾਣਾ ਹੁੰਦਾ ਛਤਰੀ ਖੋਰੇ ਅੰਗਰੇਜ਼ਾਂ ਦੇ ਵੇਲੇ ਦੀ ਥਾਂ ਥਾਂ ਤਰੋਪੇ ਲੱਗੇ ਹੋਏ ਨੇ ਬਾਜੀ ਨਸੀਮ ਦਾ ਸਹੁਰਾ ਆਪਣੀ ਸਾਈਕਲ ਤੇ ਅੰਕਲ ਜ਼ਮੀਲ ਸਾਹਿਬ ਆਪਣੀ ਛਤਰੀ ਤੋਂ ਖਲਾਸੀ ਕਿਉਂ ਨਹੀਂ ਕਰਾਂਦੇ ਮੀਂਹ ਪੈ ਰਿਹਾ ਹੈ ਤੇ ਮੈਨੂੰ ਪਤਾ ਹੈ ਸਾਡੇ ਘਰ ਦੇ ਨਾਲ ਦੇ ਕੋਠੇ ਉੱਤੇ ਸੋਨੀਆ ਤੇ ਉਹਦੀ ਨਿੱਕੀ ਭੈਣ ਨਹਾਉਂਦੀ ਹੋਣੀ ਹੈ ਪਰ ਮੈਂ ਕਿਹੜੇ ਕੋਠੇ ਤੇ ਜਾਵਾਂ ਮੰਜੀਆਂ ਵੀ ਲਾ ਲਈਆਂ ਹੋਣੀਆਂ ਨੇ ਤੇ ਜੇ ਉਹਨਾਂ ਦੀ ਭੈਣ 부ਸ਼ਰਾ ਨਹੀਂ ਤੱਕ ਲਿਆ ਤਾਂ ਉਸ ਮੀਂਹ ਦੇ ਨਾਲ ਹਨੇਰੀ ਵੀ ਝੁਲਾ ਦੇਣੀ ਹੈ ਤੇ ਨਾਲੇ ਸੋਨੀਆਂ ਦਾ ਕੋਈ ਕੀ ਕਰੇ ਇੱਕ ਨਾਲ ਟਿੱਕੇ ਤਾਂ ਗੱਲ ਏ ਜਿਹੜੇ ਮੁੰਡੇ ਕੋਲ ਚਾਰ ਛਿੱਲੜ ਨੇ ਦੋ ਚਾਰ ਪੈਂਟਾਂ ਨੇ ਨਾਤਾ ਤੋਤਾ ਰਹਿੰਦਾ ਹੈ ਕਾਲੀਆਂ ਨਕ ਲੰਦਾ ਹੈ ਉਹੀ ਉਹਨੂੰ ਚੰਗਾ ਲੱਗਣਾ ਹੈ 부ਸ਼ਰਾ ਨੂੰ ਵੇਖੋ ਵਿਆਹ ਤੋਂ ਪਹਿਲਾਂ ਕਿਸੇ ਨੂੰ ਵੀ ਉਸ ਮੂੰਹ ਨਾਲ ਆਇਆ ਭਾਵੇਂ ਉਹ ਵੀ ਸੋਣੀ ਸੀ ਸੋਹਣੇ ਹੁੰਦੇ ਨੇ ਕਸ਼ਮੀਰੀ ਵਿਆਹ ਤਾਂ ਕਿੰਨਾ ਚਾਸ ਸੀ ਉਹਨੂੰ ਮਰੀ ਜਾਂਦੀ ਸੀ ਵਿਆਹ ਹੋਇਆ ਪਰ ਨਿਭਾ ਨਾ ਹੋਇਆ 6ਵੇਂ ਮਹੀਨੇ ਤੋਂ ਜਿਉਂ ਘਰ ਆ ਕੇ ਬੈਠੀ ਬੰਦਾ ਲੈਣ ਹੀ ਨਾ ਆਇਆ ਮੂੰਹ ਫੱਟ ਸੀ ਉਹ ਹਮੇਸ਼ਾ ਤੋਂ ਹੀ ਹੁਣ ਝੇੜੇ ਕਰਦੀ ਰਹਿੰਦੀ ਏ ਸਾਰਾ ਦਿਨ ਹਰ ਫੇਰੀ ਵਾਲੇ ਨਾਲ ਉਹਦੀ ਲੜਾਈ ਬਾਜ਼ਾਰ ਚ ਹਰ ਹੱਟੀ ਵਾਲੇ ਨਾਲ ਉਹਦੀ ਖਰਖਸ਼ ਸਾਡੇ ਉਹ ਗਵਾਂਢੀ ਨੇ ਕੰਧ ਨਾਲ ਕੰਧ ਸੰਜੀਏ ਗਰਮੀਆਂ ਚ ਉਹਨਾਂ ਦੇ ਘਰ ਜਾਵਾਂ ਤੇ ਉਹਨਾਂ ਦੀ ਮਾਂ ਗੱਲ ਚ ਬਿਨਾਂ ਕਮੀਜ਼ ਦੇ ਮਲਮਲ ਦੀ ਚੁੰਨੀ ਨੂੰ ਗਿੱਲਿਆਂ ਕਰਕੇ ਪਿੰਡੇ ਤੇ ਲਿਆ ਹੁੰਦਾ ਹੈ ਕਸ਼ਮੀਰੀ ਖੁੱਲੇ ਡੁੱਲੇ ਬਿਨਾਂ ਸ਼ਰਮ ਤੋਂ ਕੱਪੜੇ ਬਦਲ ਲੈਂਦੇ ਨੇ ਕਿੰਨੀ ਵਾਰ ਸੋਚਣਾ ਰੱਬ ਕਰੇ ਕੋਈ ਬੁਸ਼ਰਾ ਨੂੰ ਦਾਸੀ ਦੇਵੇ ਵੀ ਅਜੇ ਵੀ ਸੋਹਣੀ ਹੈ ਸਾਰੇ ਘਰ ਦਾ ਕੰਮ ਉਹਨੇ ਸੰਭਿਆ ਹੋਇਆ ਤੇ ਹਰ ਇੱਕ ਨਾਲ ਖਿਜਦੀ ਤੇ ਖੈਂਦੀ ਰਹਿੰਦੀ ਹੈ ਤੇ ਝੇੜਾ ਕਰੀ ਜਾਂਦੀ ਹੈ ਕਰੀ ਜਾਂਦੀ ਹੈ ਕਿਹਨੇ ਦੱਸਿਆ ਸੀ ਬੁਸ਼ਰਾ ਦਾ ਦੂਜਾ ਵਿਆਹ ਹੋ ਗਿਆ ਹੈ ਖਾਰੇ ਹੁਣ ਕਿਸ ਹਾਲ ਚੀ ਕਿੰਨੇ ਵਰੇ ਹੋ ਗਏ ਨੇ ਕੋਈ ਖੈਰ ਖਬਰ ਨਹੀਂ ਮਿਲੀ ਮੇਰਾ ਵੀ ਫੇਰਾ ਨਹੀਂ ਲੱਗਾ। ਮੀਹ ਜੇ ਵੀ ਪੈਂਦਾ ਪਿਆ ਤੇ ਕੁਵੈਤ ਵਾਲੀ ਭੱਜਦੀ ਸਾਹਮਣੇ ਉਲੰਗੀਏ ਬਾਜੀ ਨਸੀਮ ਗਿਆ ਦੇ ਪਿਛਵਾੜੇ ਕੁਵੈਤ ਵਾਲੀ ਦਾ ਘਰ ਏ। ਉਹਦਾ ਇੱਕੋ ਪੁੱਤਰ ਏ ਤੇ ਉਹ ਕੁਵੈਤ ਏ। ਵੱਡਾ ਸਾਰਾ ਘਰ ਤੇ ਉਹ ਜੇ ਵੀ ਇਕੱਲੀ। ਨੌਕਰ ਵੀ ਕੋਈ ਨਹੀਂ ਰੱਖਿਆ ਹੋਇਆ ਉਸੂ। ਪਿੱਛੋਂ ਕਿਸੇ ਪਿੰਡ ਦੀ ਏ। ਕਦੇ ਕਦਾਰ ਕੋਈ ਬੰਦਾ ਜਨਾਨੀ ਆਂਦੇ ਨੇ ਕੁਝ ਦਿਨ ਰਹਿ ਕੇ ਮੁੜ ਜਾਂਦੇ ਨੇ। ਕੁਵੈਤ ਵਾਲੀ ਦੇ ਇਕੱਲੇ ਪੁੱਤਰ ਦਾ ਜੇ ਵਿਆਹ ਨਹੀਂ ਹੋਇਆ। ਤੇ ਕਈ ਵਰਿਆਂ ਤੋਂ ਸਾਖ ਲੱਭਦੀ ਪਈ ਏ ਤੇ ਹਰ ਬਰੇ ਉਹਦਾ ਪੁੱਤਰ ਆਉਂਦਾ ਏ ਤੇ ਵਿਆਹ ਕੀਤੇ ਬਿਨਾ ਪਰਤ ਜਾਂਦਾ ਕਿਸੇ ਵੇਲੇ ਕਵੈਤ ਵਾਲੀ ਦਾ ਘਰ ਬੰਦ ਹੁੰਦਾ ਸੀ ਤੇ ਹਿੰਦੂਆਂ ਦੇ ਵੇਲੇ ਦਾ ਪੁਰਾਣਾ ਘਰ ਤੇ ਕਹਿੰਦੇ ਪਏ ਇੱਥੇ ਭੂਤਾਂ ਦਾ ਡੇਰਾ ਹੈ ਬਸੰਤ ਉੱਤੇ ਇਹਨਾਂ ਦੇ ਘਰ ਗੁੱਡੀਆਂ ਡਿੱਗਦੀਆਂ ਪਰ ਜੇਰਾ ਨਹੀਂ ਸੀ ਹੁੰਦਾ ਕਿਸੇ ਦਾ ਲੁੱਟਣ ਦਾ ਤੇ ਇੱਕ ਦਿਨ ਕਵੈਤ ਵਾਲੀ ਟਾਂਗੇ ਉੱਤੇ ਆਈ ਤੇ ਘਰੀ ਚਾਨਣ ਹੋਇਆ ਤੇ ਜਦ ਉਸ ਦੱਸਿਆ ਪਈ ਮੇਰਾ ਤਰ ਕਵੈਤੇ ਤੇ ਉਸ ਵਿਆਹ ਕਰਨਾ ਤੇ ਕਿੰਨੀਆਂ ਹੀ ਜਵਾਨ ਕੁੜੀਆਂ ਦੀਆਂ ਮਾਵਾ ਉਹਦੀ ਸੇਵਾ ਚ ਰੁੱਝ ਗਈਆਂ ਪਰ ਜਦ ਤਿੰਨ ਚਾਰ ਬਰੇ ਉਹਦੇ ਪੁੱਤਰ ਕਿਸੇ ਨਾਲ ਵਿਆਹ ਨਾ ਕੀਤਾ ਤੇ ਜਨਾਨੀਆਂ ਉਹਨੂੰ ਮੂੰਹ ਲਾਣਾ ਹੀ ਬੰਦ ਕਰ ਦਿੱਤਾ ਤੇ ਸੌ ਸੌ ਗੱਲਾਂ ਕਰਨ ਲੱਗ ਪਈਆਂ ਮੈਨੂੰ ਪਤਾ ਹੈ ਕਵੈਤ ਵਾਲੀ ਗੋੜਾ ਵਾਲੇ ਚੌਲ ਜਾਂ ਪੂਰੇ ਪਕਾਏਗੀ ਤੇ ਸਾਡੇ ਘਰ ਜ਼ਰੂਰ ਲੈ ਕੇ ਆਏਗੀ ਸਹੇਲੜੀ ਜੋ ਏ ਉਹ ਮਾਂ ਮੇਰੀ ਦੀ ਤੇ ਦੋਵੇਂ ਹਰਜ ਮੇਰਾਤ ਨੂੰ ਸਵੇਲੇ ਸਵੇਲੇ ਹੱਥ ਵਿੱਚ ਤਸ਼ਬੀਹਾਂ ਫੜ ਕੇ ਚਿੱਟੀਆਂ ਚੁੰਨੀਆਂ ਮੂੰਹ ਦੇ ਦੰਦਾ ਚ ਦੇ ਕੇ ਅੱਲਾਹੂ ਅੱਲਾਹ ਕਰਦਿਆਂ ਦਾਤਾ ਸਾਬ ਪੈਦਲ ਜਾਂਦੀਆਂ ਨੇ ਕਿੰਨੇ ਵਰੇ ਕੁਵੈਤ ਵਾਲੀ ਦਾ ਪੁੱਤਰ ਆਉਂਦਾ ਰਿਹਾ ਤੇ ਫਿਰ ਮੁੜ ਕਦੇ ਨਾ ਆਇਆ ਕਿੰਨੇ ਵਰੇ ਹੋ ਗਏ ਨੇ ਕੁਵੈਤ ਵਾਲੀ ਨੂੰ ਗੁਜ਼ਰੇ ਆ ਤੇ ਹੁਣ ਪਤਾ ਨਹੀਂ ਉਹਨਾਂ ਦੇ ਘਰ ਕੌਣ ਬੰਦ ਹੈ ਮੀ ਪਈ ਜਾਂਦਾ ਤੇ ਮੈਂ ਬਾਰੀ ਕੋਲ ਬੈਠਾ ਹੁਣ ਕੀ ਕਰਾਂ ਬਾਜ਼ੀ نسیم ਕੇ ਆਂਦੇ ਸੱਜੇ ਪਾਸੇ سید ਅਲੀ ਹੈਦਰ ਵਾਸਤੀ ਹੋਰ ਆਂਦਾ ਘਾਰੇ ਹੈਦਰਵਾਸਤੀ ਮੇਰੇ ਨਾਲ ਕਾਲਜ ਚ ਹੀ ਹੈ ਪਰ ਉਹਦਾ ਗਰੁੱਪ ਦੂਜਾ ਹੈ ਹੈਦਰਵਾਸਤੀ ਦੇ ਦੋ ਵੱਡੇ ਭਰਾ ਤੇ ਤਿੰਨ ਵੱਡੀਆਂ ਭੈਣਾਂ ਨੇ ਪਿਓ ਦਾ ਆਲਮੇ ਤੇ ਕਈ ਕਿਤਾਬਾਂ ਲਿਖੀਆਂ ਉਸ ਪਰ ਹੁਣ ਕਈ ਵਰਿਆਂ ਤੋਂ ਮੰਜੇ ਲੱਗਾ ਹੋਇਆ ਤੇ ਜਿਨ੍ਹਾਂ ਨੇ ਉਹਦੀ ਉਹਨੂੰ ਕਈ ਵਰਿਆਂ ਤੋਂ ਦਵਾਈ ਖਵਾਈ ਜਾਂਦੀ ਏ ਪਰ ਵੱਲ ਹੀ ਨਹੀਂ ਹੋ ਰਿਹਾ ਵੱਡੀਆਂ ਭੈਣਾਂ ਤਿੰਨੇ ਯੂਨੀਵਰਸਿਟੀ ਤੱਕ ਪੜੀਆਂ ਤੇ ਨੌਕਰੀ ਕਰਦੀਆਂ ਨੇ ਤੇ ਪਹਿਲੇ ਸਾਖ ਪਸੰਦ ਨਾ ਆਏ ਹੁਣ ਆਉਂਦਾ ਕੋਈ ਨਹੀਂ ਜਾਪਦਾ ਇਹ ਤਿੰਨੇ ਭੈਣਾਂ ਰੁਸੀਆਂ ਹੋਈਆਂ ਨੇ ਆਪਣੇ ਆਪ ਤੋਂ ਵੇਲੇ ਤੋਂ ਭਰਾਵਾਂ ਤੋਂ ਮਾਪਿਆਂ ਤੋਂ ਤੇ ਪਤਾ ਨਹੀਂ ਕੀ ਦੇ ਕੇ ਦੇ ਕੋਲ ਭਰਾਖ ਦੇ ਨੇ ਜਦ ਤੱਕ ਭੈਣਾਂ ਦੇ ਵਿਆਹ ਨਹੀਂ ਹੁੰਦੇ ਅਸਾਂ ਵੀ ਨਹੀਂ ਕਰਨੇ ਭੈਣਾਂ ਕਦੇ ਬਾਰੀ ਖੁੱਲ ਨਹੀਂ ਖਲਉਂਦੀਆਂ ਮੀਂਹ ਨਹੀਂ ਵੇਖਦੀਆਂ ਕਦੀ ਵੇੜੇ ਨਹੀਂ ਨਹਾਉਂਦੀਆਂ ਕਿਸੇ ਨਾਲ ਗੱਲ ਨਹੀਂ ਕਰਦੀਆਂ ਬਸ ਉਹਨਾਂ ਨੂੰ ਰੋਏ ਸਾਰੇ ਭੈਣ ਭਰਾ ਨੌਕਰੀਆਂ ਕਰੀ ਜਾਂਦੇ ਨੇ ਤੇ ਬੁੱਢੇ ਹੋਏ ਹੋਈ ਜਾਂਦੇ ਨੇ ਹੋਈ ਜਾਂਦੇ ਨੇ ਸੈਦ ਅਲੀ ਹੈਦਰਵਾਸਤੀ ਹੁਣ ਘਾਟਾ ਆ ਕੇ ਮਾਰਕੀਟ ਪਾ ਲਈ ਹੋਈ ਏ ਤੇ ਦੂਜੇ ਬੰਨਿਓ ਉਹਨਾਂ ਦਾ ਘਰ ਬਾਜ਼ਾਰ ਨੂੰ ਜੋ ਲੱਗਦਾ ਸੀ ਪਰ ਉਹ ਕਿੱਥੇ ਨੇ ਕਦੀ ਉਗ ਸੁਗ ਨਹੀਂ ਮਿਲੀ ਹੈਦਰਵਾਸਤੀ ਵੀ ਨਾ ਕਦੀ ਮਿਲਿਆ ਨਾ ਨਜ਼ਰੀਂ ਪਈ ਮੀ ਅਜੇ ਰੁਕਿਆ ਨਹੀਂ ਆਪਣੇ ਘਰ ਦੀ ਦੂਜੀ ਮੰਜ਼ਲ ਦੀ ਬਾਰੀ ਤੋਂ ਮੈਂ ਸਾਹਮਣੇ ਬਾਜੀ ਨਸੀਬ ਖਿਆਨ ਤੋਂ ਖਬੇਵਾਸੀ ਵਾਲੀ ਗਰੀਬੀ ਦੀ ਨੁਕਰੇ ਰਿਆਜ਼ ਡਾਕੀਏ ਨੂੰ ਘਰ ਦੀ ਬਾਰੀ ਕੋਲ ਬੈਠਾ ਤੱਕਣਾ ਵਾ ਰਿਆਜ਼ ਡਾਕੀਆ ਕਦੇ ਦਾ ਰਿਟਾਇਰ ਹੋ ਗਿਆ ਥੱਲੇ ਘਰ ਕਿਰਾਏ ਉੱਤੇ ਚੜ੍ਹਾਇਆ ਸੂਤੇ ਉੱਤੇ ਦੋ ਕਮਰਿਆਂ ਦਾ ਉਹ ਕੱਲਾ ਰਹਿੰਦਾ ਏ ਇਹ ਘਰ ਵੀ ਉਹਨੇ 15-20 ਵਰਿਆਂ ਪਿਛੋਂ ਇੱਟ-ਇੱਟ ਜੋੜ ਕੇ ਉਸਾਰਿਆ ਹੈ ਮਹੱਲੇ ਵਿੱਚ ਕਮੇਟੀਆਂ ਪਾ ਪਾ ਕੇ ਚਾਰ ਪੈਸੇ ਜੋੜਦਾ ਘਰ ਉੱਤੇ ਲਾ ਦਿੰਦਾ ਏ ਕਹਿੰਦੇ ਨੇ ਉਹਦੀ ਜਨਾਨੀ ਬਹੁਤ ਸੋਹਣੀ ਸੀ ਤਿੱਖਾ ਨਕ ਸਾੰਮਲਾ ਰੰਗ ਮਦਰਾ ਕਦ ਪਿੱਛਾ ਭਾਰਾ ਚਾਰ ਬਾਲਾਂ ਸਣਿਓ ਖੁਰਸ਼ੀਦ ਨਾਲ ਉੱਦਲ ਗਈ ਪਰ ਨਹੀਂ ਉੱਦਲੀ ਉਹ ਖੁਰਸ਼ੀਦ ਨਾਲ ਹੀ ਸੀ ਪਰ ਬੱਸੀ ਉਹਦੇ ਨਾਲ ਨਹੀਂ ਖੁਰਸ਼ੀਦ ਨੂੰ ਤਾਂ ਉਹਨੇ ਧੂਰਾ ਬਣਾਇਆ ਆਪਣੇ ਪੁਰਾਣੇ ਯਾਰ ਤਾਂ ਹੀ ਆਪਣਨ ਲਈ ਖੁਰਸ਼ੀਦ ਰਿਕਸ਼ਾ ਚਲਾਉਂਦਾ ਸੀ ਇੱਕ ਦਿਨ ਜਦ ਰਿਆਜ਼ ਨੌਕਰੀ ਤੇ ਗਿਆ ਸੀ ਤੇ ਖੁਰਸ਼ੀਦ ਬਿਨਾ ਬੂਹਾ ਖੜਕਾਏ ਉਹਦੇ ਬੂਹੇ ਦਾ ਫਾਟ ਚੁੱਕੇ ਅੰਦਰ ਵੜ ਗਿਆ ਤੇ ਰਿਆਜ਼ ਦੀ ਜਨਾਨੀ ਦੇ ਰੌਲੇ ਦੀ ਆਵਾਜ਼ ਆਈ ਤੇ ਲੋਕਾਂ ਖੁਰਸ਼ੀਦ ਨੂੰ ਉਹਦੇ ਘਰੋਂ ਨਿਕਲ ਨਸਤੇ ਨੂੰ ਤੱਕਿਆ ਖੁਰਸ਼ੀਦ ਬਹੁਤ ਉੱਚਾ ਲਮਾਂ ਗਬਰੂ ਸੀ ਉਹਨੂੰ ਡੱਕਣ ਦਾ ਜੇਰਾ ਨਾ ਹੋਇਆ ਕਿਸੇ ਦਾ ਦੋ ਤਿੰਨ ਦਿਨਾਂ ਮਗਰੂਮ ਮੋੜੇਂ ਜੀ ਹੋਇਆ ਹੁੰਦੇ ਹੁੰਦੇ ਦਿਨ ਦਿਹਾੜੇ ਖੁਰਸ਼ੀਦ ਰਿਆਜ਼ ਦੇ ਘਰ ਜਾ ਵੜਦਾ ਪਰ ਉਹਦੀ ਜਨਾਨੀ ਦੀ ਬਾਜ਼ੀ ਨਾ ਆਉਂਦੀ ਰਿਆਜ਼ ਨੂੰ ਪਤਾ ਲੱਗਾ ਤੇ ਉਹ ਰੋਜ਼ ਘਰ ਆ ਕੇ ਜਨਾਨੀ ਦਾ ਕੁੱਟ ਸਿਆਪਾ ਕਰਨਾ ਦਿਹਾੜੇ ਉਹਦੀ ਜਨਾਨੀ ਖੁਰਸ਼ੀਦ ਨਾਲ ਹੀ ਨਿਕਲ ਗਈ ਤੇ ਉਸ ਵਾਲ ਸੰਭੇ ਇੱਕ ਦੋ ਗੱਠੜੀਆਂ ਬੰਨੀਆਂ ਤੇ ਸਾਰਾ ਸੋਨਾ ਰੁਪਿਆ ਹੂੰਝਾਂਜ ਕੇ ਖੁਰਸ਼ੀਦ ਨਾਲ ਰਿਕਸ਼ੇ ਬਹਿ ਕੇ ਟੁਰ ਗਈ ਤੇ ਮੁੜ ਕਦੀ ਨਾ ਆਈ ਮਹੱਲੇ ਦੇ ਬਾਬ ਬੁੱਢੇ ਬਾਬੇ ਅੱਜ ਵੀ ਪੁਰਾਣੀ ਡੱਠੀ ਨੂੰ ਜੇਤੀ ਉਲੰਘਾ ਕੇ ਉਹਦੇ ਸੋਪਾ ਨੂੰ ਮੂੰਹ ਨਾਲ ਛਿੜਰਦੇ ਨੇ ਕੁਝ ਦਿਨਾਂ ਮਗਰੋਂ ਖਰਸ਼ੀਦ ਪਰਤ ਆਇਆ ਰਿਆਜ਼ ਉਹਦੇ ਖਿਲਾਫ ਪੁਲਿਸ ਵਿੱਚ ਪਹਿਲੇ ਹੀ ਪਰਚਾ ਦਿੱਤਾ ਹੋਇਆ ਸੀ ਪਰ ਤੀ ਪਰ ਰਾਤੀ ਥਾਣੇ ਤੋਂ ਮੁੜ ਆਇਆ ਉਹਦਾ ਆਖਣਾ ਸੀ ਉਹ ਮੈਨੂੰ ਵੀ ਛੱਡ ਗਿਆ ਆਪਣੇ ਵਿਆਹ ਤੋਂ ਪਹਿਲੋਂ ਹੀ ਤੇ ਬੱਸ ਦੇ ਹੀ ਕਿ ਸੇ ਯਾਰ ਦੇ ਨਾਲ ਟੁਰ ਗਈ ਤੇ ਕਰਾਚੀ ਜਾ ਵਸੀ ਜਨਾਨੀ ਦੇ ਜਾਵਣ ਤੋਂ ਕੁਝ ਦਿਨਾਂ ਮਗਰੋਂ ਰਿਆਜ਼ ਆਪਣੇ ਬਾਲਾਂ ਤੇ ਤੇ ਜਨਾਨੀ ਨੂੰ ਚੇਤੇ ਕਰ ਲੈਂਦਾ ਤੇ ਉਹਨੇ ਮੁੜ ਵਿਆਹ ਕਰਨ ਦੇ ਲੱਖ ਆਹਰ ਕੀਤੇ ਪਰ ਵਿਆਹ ਕਰਵਾਉਣ ਵਾਲੀਆਂ ਜਦੋਂ ਵਿਚੋਲੀਆਂ ਆਈਆਂ ਉਹਨੂੰ ਲੁੱਟ-ਪੁੱਟ ਲੈ ਜਾਂਦੀਆਂ ਪਰ ਉਹ ਵਿਆਕੁਲ ਨਾ ਹੁੰਦਾ ਸਿੱਧੜ ਤਾਂ ਉਹ ਸਦਾ ਤੋਂ ਹੀ ਸੀ ਰਿਆਜ਼ ਢਾਕੀ ਨੂੰ ਸਾਰੇ ਪੁਰਾਣੇ ਮੱਲੇ ਦੇ ਲੋਕਾਂ ਦਾ ਪਤਾ ਹੈ 40 ਸਾਲ ਦੀ ਨੌਕਰੀ ਪਿੱਛੋਂ ਰਿਟਾਇਰ ਹੋਇਆ ਹੈ ਤੇ ਜਾਦਾ ਸਰਕਾਰ ਨੇ ਗਲੀਆਂ ਮੁਹੱਲਿਆਂ ਤੇ ਸੜਕਾਂ ਦੇ ਨਾਮ ਬਦਲੇ ਨੇ ਰਿਆਜ਼ ਡਾਕੀ ਇਹਨੂੰ ਅੱਲਾ ਭਾਣੇ ਕੰਮ ਲੱਗ ਗਿਆ। ਉਹਨੂੰ ਹੀ ਪੁਰਾਣੇ ਮੁਹੱਲਿਆਂ ਦੇ ਨਾਂ ਯਾਦ ਨਹੀਂ। ਸਗੋਂ ਹਰ ਘਰ ਦੇ ਇੱਕ ਜੀ ਦਾ ਪਤਾ ਹੈ ਪੁਰਾਣੇ ਪਤਿਆਂ ਉੱਤੇ ਜਿਹੜੀਆਂ ਚਿੱਠੀਆਂ ਆਉਂਦੀਆਂ ਨੇ ਨਵੇਂ ਡਾਕੀ ਉਹਦੇ ਕੋਲ ਹੀ ਆ ਕੇ ਪੁੱਛਦੇ ਨੇ। ਅਰਜਨ ਰੋਡ, ਸ਼ਿਵਾਜੀ ਸਟਰੀਟ, ਕ੍ਰਿਸ਼ਨਾ ਗਲੀ ਰਿਆਜ਼ ਕੱਲਾ ਰਹਿੰਦਾ ਤੇ ਰੋਟੀ ਟੁੱਕਰ ਆਪ ਪਕਾਂਦਾ। ਅਸੀਂ ਤਾਂ ਜਾਦਾ ਉਹਨੂੰ ਤੱਕਿਆ ਉਹਦੇ ਥੋਲੇ ਨੇ ਤੇ ਬਿਮਾਰ ਏ। ਜਪਦਾ ਹਰ ਉਹ ਵੇਲੇ ਤੋਂ ਬਾਹਰੇ। ਉਦੇ ਲਈ ਨਾ ਵੇਲਾ ਲੰਘਦਾ ਹੈ ਨਾ ਘਟਦਾ ਹੈ ਤੇ ਸਗੋਂ ਵੇਲੇ ਤੋਂ ਬਾਹਰ ਹੋ ਕੇ ਲੰਘਦੇ ਵੇਲੇ ਨੂੰ ਤੱਕਦਾ ਰਹਿੰਦਾ ਹੈ। ਕਈ ਵਾਰਿਆਂ ਤੋਂ ਚੁੱਪਚਾਪੀਤਾ ਬੈਠਾ ਤੱਕੀ ਜਾਂਦਾ ਹੈ ਕੈਰਮ ਬੋਰਡ ਖੇਡਦੇਆਂ ਮੁੰਡਿਆਂ ਨੂੰ, ਬੰਦਰ ਕਿਲਾ ਖੇਡਦੇਆਂ ਨੂੰ, ਬਸੰਤ ਉਤੇ ਪਤੰਗਾਂ ਨੂੰ, ਬਾਜ਼ੀ ਲੱਗੇ ਕਬੂਤਰਾਂ ਨੂੰ, ਗਲੀ ਚੋਂ ਲੰਘਦੀ ਖਲਕਤ ਨੂੰ ਤੱਕੀ ਜਾਂਦਾ ਹੈ, ਤੱਕੀ ਜਾਂਦਾ। ਮੀਂਹ ਮੱਠਾ ਹੋ ਗਿਆ ਤੇ ਗਲੀ ਚ ਨਾਤੀ ਧੋਤੀ ਤਾਰਕੋਲ ਦੀ ਸੜਕ ਵਾਂਗ ਸਲੇਟੀ ਸ਼ਾਮ ਲੱਤ ਪਈਏ। ਜਫਰੀ ਆ ਜਾਂਦਾ ਤੇ ਚੰਗਾ ਸੀ। ਉਹਦੇ ਕੁਲ ਸੀਗਟਾਂ ਦੀ ਡੱਬੀ ਵੀ ਹੋਣੀ ਏ ਸਾਰੇ ਯਾਰਾਂ ਬੂਟਾ ਟੀ ਸਟਾਲ ਉੱਤੇ ਇਕੱਠੇ ਜਾਣਾ ਤੇ ਰੋਜ਼ ਵਾਂਗਰ ਰਾਤੀ ਅਸਾਂ ਚਿਰਕੇ ਘਰ ਆਉਣਾ ਭਾਦੋਂ ਦਾ ਖੀਰੀ ਮੀਹ ਏ ਅਮਜਦ ਸਾਹਿਬ ਪਹਿਲਾਂ ਅਮਜਦ ਸਾਹਿਬ ਸਿਆਲ ਤੋਂ ਅੱਗੋਂ ਦੇ ਚੜਚੜਮੜ ਕੀਤਾਂ ਦੀਆਂ ਬਾਹਾਂ ਵਾਲਾ ਸਵੈਟਰ ਪਾ ਕੇ ਪਾਣੀ ਤੋਂ ਬਚਦੇ ਗੜਵੀ ਫੜ ਕੇ ਦੁੱਧ ਲੈਣ ਜਾਂਦੇ ਪਏ ਨੇ ਚੰਗਾ ਸੀ ਜਫਰੀ ਆ ਜਾਂਦਾ ਦੋ ਤਿੰਨ ਗਲੀਆਂ ਛੱਡ ਕੇ ਹੀ ਉਹਦਾ ਘਰ ਹੈ ਮੈਂ ਅੱਪੀ ਨਾ ਪਤਾ ਕਰਾਂ ਪਰ ਉਹਦੇ ਪਿਓ ਨੇ ਆਖ ਦੇਣਾ ਪਿਓ ਤਾਂ ਘਰ ਹੀ ਹੈ ਨਹੀਂ ਤੇ ਨਾਲ ਇੱਕ ਦੋ ਗੱਲਾਂ ਵੀ ਸੁਣਾ ਦੇਣੀਆਂ ਨੇ ਹੁਣ ਬਾਜੀ ਨਸੀਮ ਦੀਆਂ ਮੋਟੀਆਂ-ਮੋਟੀਆਂ ਕਾਲੀਆਂ ਸ਼ਾਖਾਂ ਵਾਂਗ ਰਾਤ ਲੱਥ ਪੈਣੀ ਏ ਰਾਤ ਨੂੰ ਤਿੱਖੀ ਹਵਾ ਚੱਲਣੀ ਏ ਤੇ ਬੂਹੇ ਬਾਰੀਆਂ ਰਾਹੀ ਆਉਂਦੇ ਨਿੰਮੀ-ਨਿੰਮੀ ਚਾਨਣ ਸੇ ਗਲੀ 'ਚ ਖਲੋਤੇ ਪਾਣੀਆਂ ਉੱਤੇ ਹਵਾ ਪਾਰੋਂ ਸੱਪ ਲਹਿਰ ਦੇ ਜਪਣੇ ਨੇ ਅਚੇਤ ਵਿੱਚ ਬਾਰੀ ਚ ਤੱਕੇ ਰੰਗ ਕਦੇ ਵੀ ਫਿੱਕੇ ਨਹੀਂ ਪੈਣੇ ਮੀ ਸ਼ਾਮ ਤੇ ਰਾਤ ਦੇ ਗਲੀ ਦੀ ਕੱਲੀ ਸਟਰੀਟ ਲਾਈਟ ਦੇ ਫਿੱਕੇ ਚਾਨਣ ਵਿੱਚ ਬਸ ਚੁੱਪੀ ਸਖਣੀ ਹੋਈਏ ਅਲੀ ਹਦਰਵਾਸਤੀ ਦੇ ਘਰ ਦੀ ਬੱਤੀ ਕਿੰਨੀ देर ਬਲਦੀ ਰਹਿਣੀ ਹੈ ਤੇ ਬੁਸ਼ਰਾ ਘਰੋਂ ਗੱਲਾਂ ਕਰਨ ਦੀ ਆਵਾਜ਼ ਆਉਂਦੀ ਰਹਿਣੀ ਹੈ ਰਿਆਜ਼ ਡਾਕੀਏ ਨੇ ਰੇਡੀਓ ਉੱਤੇ ਵੱਜਦੇ ਪੁਰਾਣੇ ਹਿੰਦੁਸਤਾਨੀ ਗਾਣਿਆਂ ਉੱਤੇ ਕਈਆਂ ਕੰਨ ਕਈਆਂ ਕੰਨ ਲਾਏ ਹੋਏ ਨੇ ਤੇ ਮੈਂ ਯਾਰਾਂ ਨਾਲ ਟੀ ਸਟਾਲ ਉੱਤੇ ਚਾਹ ਸੁੜਕਦੇ ਹੋਣਾ ਤੱਕੀ ਏ ਤੱਕੀ ਤੇ ਪ੍ਰੋਫੈਸਰ ਐਵੇਂ ਕਿਸੇ ਗੱਲ ਤੇ ਅੜ ਕੇ ਸਾਰਿਆਂ ਨੂੰ ਬੋਰ ਕਰੀ ਜਾਣਾ ਤੇ ਮੈਨੂੰ ਗੁਲਾਬੋ ਹੀ ਚੇਤੇ ਆਈ ਜਾਣੀ ਹੈ ਮੀ ਪਵੇ ਨਾ ਪਵੇ ਅਸੀਂ ਬਾਰੀ ਖਲੋਤੇ ਅਸੀਂ ਬਾਰੀ ਕੋਲੀ ਖਲੋਤੇ ਰਹਿ ਜਾਣਾ ਸੋ ਅੱਜ ਦੀ ਗੱਲ ਇਹ ਹੈ ਕਿ ਗੁਲਾਬੋ ਹੇਠਲੀ ਮੰਜ਼ਲ ਤੇ ਰਹਿੰਦੀ ਏ ਤੇ ਉਹਦੇ ਘਰ ਅੱਗੇ ਪਾਣੀ ਵੀ ਨਹੀਂ ਖਲੋਂਦਾ ਤੁਸੀਂ ਆਖਸੋ ਮੈਂ ਗੁਲਾਬੋ ਦਾ ਤੇ ਦਸੀ ਨਹੀਂ ਸੀ ਹੁਣ ਗੁਲਾਬੋ ਦਾ ਕੀ ਦੱਸਾਂ ਖਾਰੇ ਹੁਣ ਕਿੱਥੇ ਧੰਨਵਾਦ